ਇਹ ਸਵਾਲ ਇੰਸਟਾਗ੍ਰਾਮ 'ਤੇ ਅਤੇ ਯੂਟਿਊਬ ਦੀ ਹਰ ਵੀਡੀਓ ਦੇ ਥੱਲੇ ਪੁੱਛਿਆ ਜਾਂਦਾ ਵੇ ਕਿ ਸਾਡਾ ਨੋਲਾ ਉਸ ਦਾ ਕਦੋਂ ਨਿਕਲੇਗਾ। ਤੁਸੀਂ ਇਸ ਸਾਲ ਮਾਰਚ ਦੇ ਵਿੱਚ ਅਪਲਾਈ ਕੀਤਾ ਜਾਂ ਫਿਰ ਤੁਸੀਂ ਪਿਛਲੇ ਸਾਲ 12ਵੇਂ ਮਹੀਨੇ ਦਸੰਬਰ ਦੇ ਵਿੱਚ ਅਪਲਾਈ ਕੀਤਾ। ਹਰ ਇੱਕ ਵੀਰ ਇਹੀ ਸਵਾਲ ਪੁੱਛਦਾ ਕਿ ਦਸੰਬਰ ਦੇ ਵਿੱਚ ਪੇਪਰ ਅਪਲਾਈ ਕੀਤੇ ਸਨ, ਕਦੋਂ ਨੋਲਾ ਉਸ ਦਾ ਨਿਕਲੇਗਾ। ਮਾਰਚ ਦੇ ਵਿੱਚ ਪੇਪਰ ਅਪਲਾਈ ਕੀਤੇ ਨੇ ਤਾਂ ਕਦੋਂ ਨੋਲਾ ਉਸ ਦਾ ਨਿਕਲੇਗਾ, ਸਾਨੂੰ ਇਹਦੇ ਬਾਰੇ 'ਚ ਦੱਸੋ। ਵੀਰੋ, ਤੁਸੀਂ 9 ਮਹੀਨਿਆਂ ਵਾਲਾ ਅਪਲਾਈ ਕੀਤਾ, 1 ਸਾਲ ਵਾਲਾ ਅਪਲਾਈ ਕੀਤਾ, ਫੈਮਿਲੀ ਨੋਲਾ ਉਸ ਦਾ ਅਪਲਾਈ ਕੀਤਾ, ਜਾਂ ਫਿਰ ਤੁਸੀਂ ਪਿਛਲੇ ਸਾਲ ਅਪਲਾਈ ਕੀਤਾ ਜਾਂ ਫਿਰ ਇਸ ਸਾਲ ਅਪਲਾਈ ਕੀਤਾ, ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਰ ਗੱਲ ਕਨਫਰਮ ਕਰਕੇ ਦੱਸ ਦਿਆਂਗਾ ਕਿ ਕੀ ਚਾਂਸ ਨੇ, ਕੀ ਹੋ ਸਕਦਾ ਵੇ ਅਤੇ ਇਸ ਟਾਈਮ ਕੀ ਹੋਣ ਡਿਆ ਵੇ। ਇਹ ਸਾਰੀਆਂ ਚੀਜ਼ਾਂ ਦੇ ਬਾਰੇ 'ਚ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਐਂਡ ਤੱਕ ਤੱਕੋ। ਜੇ ਨਵੇਂ ਹੋ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਇਟਲੀ ਤੋਂ ਆਈ ਹਰ ਇੱਕ ਅਪਡੇਟ ਤੁਹਾਨੂੰ ਲੱਭ ਜਾਇਆ ਕਰੇਗੀ। ਉਸ ਤੋਂ ਬਾਅਦ ਤੁਹਾਡੇ ਸਾਰੇ ਵੀਰਾਂ ਵਾਸਤੇ ਗੁੱਡ ਨਿਊਜ਼ ਹੈ ਕਿ ਇਟਲੀ ਦੇ ਵਿੱਚ ਮੇਰੇ ਕੁਛ ਇੰਟਰਵਿਊ ਸ਼ੂਟ ਹੋਣ ਡੇ ਨੇ। ਜਿਹੜੇ ਵੀਰ ਡੌਂਕੀ ਲਾ ਕੇ ਆਏ ਨੇ ਜਾਂ ਜਿਹੜੇ ਵੀਰ ਐਗਰੀਕਲਚਰ ਦਾ ਕੰਮ ਕਰਨ ਡੇ ਉਹਨੇ, ਉਹ ਕਿੰਨੇ ਪੈਸੇ ਕਮਾਉਂਦੇ ਨੇ। ਜਿਹੜੇ ਵੀਰ ਐਸੇ ਨੇ ਜਿਹੜੇ ਕਿ ਕੈਂਪ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕਿੰਨੇ ਪੈਸੇ ਲੱਭਦੇ ਨੇ। ਮੈਂ ਇਹਨਾਂ ਵੀਰਾਂ ਨੂੰ ਲੱਭਣ ਡਿਆ ਵਾਂ, ਇਹਨਾਂ ਦੇ ਇੰਟਰਵਿਊ ਹੋਣ ਡੇ ਨੇ। ਅਤੇ ਤੁਹਾਡੇ ਵਿੱਚੋਂ ਕਿਸੇ ਵੀਰ ਨੇ ਵੀ ਇੰਟਰਵਿਊ ਦੇਣਾ ਜਿਹੜਾ ਇਟਲੀ ਤੋਂ ਵੇਖਣ ਡਿਆ, ਤਾਂ ਮੇਰੇ ਨਾਲ ਕੋਂਟੈਕਟ ਇੰਸਟਾਗ੍ਰਾਮ 'ਤੇ ਕਰ ਸਕਦਾ। ਇੰਸਟਾਗ੍ਰਾਮ ਦੀ ਆਈਡੀਆ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ। ਲਓ ਜੀ ਵੀਰੋ, ਅਸੀਂ ਗੱਲ ਕਰਨੇ ਹਾਂ ਸਭ ਨਾਲੋਂ ਪਹਿਲਾਂ ਅਤੇ ਮਾਰਚ ਵਾਲੇ ਪੇਪਰਾਂ ਦੀ। ਤੁਸੀਂ ਪਿਛਲੇ ਮਹੀਨੇ, ਇਹ ਅਪ੍ਰੈਲ ਦਾ ਮਹੀਨਾ ਵੇ, ਅੱਜ 10 ਤਰੀਕ ਹੈ, 10 ਅਪ੍ਰੈਲ ਹੈ ਅੱਜ। ਤੁਸੀਂ ਲਾਸਟ ਮੰਥ ਯਾਨੀ ਕਿ ਤੁਸੀਂ ਮਾਰਚ ਦੇ ਵਿੱਚ 18 ਨੂੰ, 21 ਨੂੰ ਜਾਂ ਫਿਰ 25 ਮਾਰਚ ਨੂੰ ਪੇਪਰ ਅਪਲਾਈ ਕੀਤੇ ਨੇ, ਅਤੇ ਤੁਹਾਨੂੰ ਦੱਸਦਿਆਂ ਵੀਰੋ ਕਿ ਤੁਹਾਡੇ ਪੇਪਰ ਜਿਹੜੇ ਨੇ, ਤੁਸੀਂ 9 ਮਹੀਨਿਆਂ ਵਾਲੇ ਜਾਂ ਫਿਰ 1 ਸਾਲ ਵਾਲੇ ਪੇਪਰ ਅਪਲਾਈ ਕੀਤੇ ਨੇ, ਤੁਹਾਡਾ ਨੋਲਾ ਉਸ ਦਾ ਜਿਹੜਾ ਉਹ ਜੂਨ ਅਤੇ ਜੁਲਾਈ 'ਚ ਨਿਕਲ ਆਵੇਗਾ, ਯਾਨੀ ਕਿ ਨਿਕਲਣਾ ਸਟਾਰਟ ਹੋਈਏਗਾ। ਜੂਨ ਜੁਲਾਈ ਦਾ ਆਪਣੇ ਮਾਇੰਡ ਦੇ ਵਿੱਚ ਰੱਖੋ। ਇਹ ਹੋ ਗਿਆ ਉਹਨਾਂ ਵੀਰਾਂ ਦੇ ਜਿਨ੍ਹਾਂ ਦੇ ਮਾਰਚ ਦੇ ਵਿੱਚ ਪੇਪਰ ਅਪਲਾਈ ਹੋਏ ਸਨ। ਹੁਣ ਗੱਲ ਕਰਨੀ ਆ ਸਭ ਨਾਲੋਂ ਇੰਪੋਰਟੈਂਟ ਸਵਾਲ ਦੀ ਕਿ ਤੁਸੀਂ ਦਸੰਬਰ ਦੇ ਵਿੱਚ ਪੇਪਰ ਅਪਲਾਈ ਕੀਤੇ ਨੇ ਕਿਸੇ ਵੀ ਡੇਟ ਨੂੰ, 4 ਨੂੰ ਕੀਤੇ ਨੇ, 2 ਨੂੰ ਕੀਤੇ ਨੇ ਜਾਂ ਫਿਰ 12 ਨੂੰ ਕੀਤੇ ਨੇ, ਨੋ ਮੈਟਰ। ਪੇਪਰ ਤੁਹਾਡੇ 9 ਮਹੀਨਿਆਂ ਵਾਲੇ ਪੇਪਰ ਤੁਹਾਡੇ ਹੁਣ ਨਹੀਂ ਨਿਕਲਣੇ। ਤੁਹਾਨੂੰ ਏਜੰਟ ਵੀ ਆਖਣ ਡਿਆ ਅਤੇ ਉਹ ਝੂਠ ਮਾਰਨ ਡਿਆ। ਆਲਮੋਸਟ ਮੈਂ ਕਹਿਣ ਡਿਆ 1% ਵੀ ਚਾਂਸ ਨਹੀਂ ਹੈ ਕਿ ਹੁਣ ਤੁਹਾਡੇ 9 ਮਹੀਨਿਆਂ ਵਾਲੇ ਦਸੰਬਰ ਦੇ ਪੇਪਰ ਅਪਲਾਈ ਕੀਤੇ ਸਨ ਉਹ ਪੇਪਰ ਹੁਣ ਨਿਕਲਣ, 0% ਚਾਂਸ ਨੇ। ਉਸ ਤੋਂ ਬਾਅਦ ਜਿਨ੍ਹਾਂ ਵੀਰਾਂ ਨੇ 1 ਸਾਲ ਵਾਲੇ ਪੇਪਰ ਅਪਲਾਈ ਕੀਤੇ ਨੇ, ਜਿਨ੍ਹਾਂ ਨੂੰ ਨਾਨ ਸੀਜ਼ਨਲ ਵੀਜ਼ਾ ਆਖਿਆ ਜਾਂਦਾ ਵੇ, ਉਹਨਾਂ ਵੀਰਾਂ ਦੇ ਪੇਪਰ ਹਜੇ ਵੀ ਨਿਕਲਣ ਡੇ ਨੇ ਅਤੇ ਉਹਨਾਂ ਵੀਰਾਂ ਦੇ ਪੇਪਰ ਨਿਕਲਣ ਦੇ ਚਾਂਸ 18 ਜੁਲਾਈ ਤੱਕ ਨੇ। 18 ਜੁਲਾਈ ਤੱਕ ਉਹਨਾਂ ਦੇ ਪੇਪਰ ਨਿਕਲਣ ਦੇ ਚਾਂਸ ਬਹੁਤ ਹੀ ਜ਼ਿਆਦਾ ਨੇ। ਅਤੇ ਥੱਲੇ ਕਮੈਂਟ ਬੋਕਸ ਦੇ ਵਿੱਚ ਇੱਕ ਗੱਲ ਮਿੱਤਰੋ ਤੁਸੀਂ ਮੈਨੂੰ ਜ਼ਰੂਰ ਦੱਸਣੀ ਹੈ ਕਿ ਤੁਸੀਂ ਆਪਣਾ ਨੋਲਾ ਉਸ ਦਾ ਕਿਸ ਟਾਈਮ ਅਪਲਾਈ ਕੀਤਾ ਸੀ, ਮਾਰਚ ਦੇ ਵਿੱਚ ਅਪਲਾਈ ਕੀਤਾ ਸੀ ਜਾਂ ਫਿਰ 2023 ਦਸੰਬਰ ਦੇ ਵਿੱਚ ਅਪਲਾਈ ਕੀਤਾ ਸੀ, ਇਹ ਗੱਲ ਦੱਸਣੀ ਹੈ। ਦੂਜੇ ਨੰਬਰ 'ਤੇ ਮੈਨੂੰ ਇਹ ਗੱਲ ਦੱਸਣੀ ਹੈ, ਤੁਸੀਂ ਜਿਹਦੇ ਜ਼ਰੀਏ ਅਪਲਾਈ ਕੀਤਾ, ਆਪਣੇ ਕਿਸੇ ਰਿਸ਼ਤੇਦਾਰ ਦੇ ਜ਼ਰੀਏ ਅਪਲਾਈ ਕੀਤਾ, ਤੁਸੀਂ ਕਿਸੇ ਆਪਣੇ ਏਜੰਟ ਦੇ ਜ਼ਰੀਏ ਅਪਲਾਈ ਕੀਤਾ, ਤਾਂ ਉਹ ਏਜੰਟ ਤੁਹਾਨੂੰ ਕੀ ਕਹਾਣੀ ਸੁਣਾਉਣ ਡਿਆ ਵੇ, ਕਿਹੜੀ ਕੋਈ ਗੱਲ ਦੱਸਣ ਡਿਆ, ਮੇਰੇ ਨਾਲ ਜ਼ਰੂਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਿਓ। ਮੈਂ ਹਰ ਇੱਕ ਵੀਰ ਨੂੰ ਆਖਾਂਗਾ ਕਿ ਤੁਹਾਨੂੰ ਕੋਈ ਵੀ ਅਪਡੇਟ ਏਜੰਟ ਦਿੰਦਾ ਵੇ, ਲਾਈਕ ਤੁਹਾਨੂੰ ਆਉਂਦਾ ਵੇ ਕਿ ਜੀ ਅੱਜ ਪੇਪਰ ਨਿਕਲ ਆਉਣਗੇ, ਕੱਲ੍ਹ ਪੇਪਰ ਨਿਕਲ ਆਉਣਗੇ, ਤੁਹਾਡਾ ਨੋਲਾ ਉਸ ਦਾ ਪੈਂਡਿੰਗ 'ਚ ਵੇ, ਕੋਠੇ 'ਚ ਨਾ ਆ ਗਿਆ, ਕੋਈ ਵੀ ਗੱਲ ਦੱਸਦਾ, ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਉਹਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। ਬਹੁਤ ਸਾਰੇ ਵੀਰ ਇੰਸਟਾਗ੍ਰਾਮ 'ਤੇ ਡਾਇਰੈਕਟ ਕਾਲ ਕਰਦੇ ਨੇ,
ਵੀਰੋ ਤੁਸੀਂ ਕਾਲ ਕਰਦੇ ਹੋ, ਚੰਗੀ ਗੱਲ ਹੈ, ਮੈਂ ਨਹੀਂ ਚੁੱਕਦਾ ਕਾਲ, ਮੈਂ ਬਿਜ਼ੀ ਹੁੰਦਾ। ਤੁਸੀਂ ਕਾਲ ਤੁਹਾਡੀ ਨਹੀਂ ਚੁੱਕੀ ਜਾਂਦੀ, ਤੁਸੀਂ ਡਾਇਰੈਕਟ ਵਾਇਸ ਮੈਸੇਜ ਕਰਿਆ ਕਰੋ। ਵਾਇਸ ਮੈਸੇਜ ਦਾ ਰਿਪਲਾਈ ਤੁਹਾਨੂੰ 8 ਤੋਂ 10 ਘੰਟਿਆਂ ਦੇ ਵਿੱਚ ਲੱਭ ਜਾਏਗਾ, ਜਦੋਂ ਵੀ ਮੈਂ ਇੰਸਟਾਗ੍ਰਾਮ 'ਤੇ ਆਨਲਾਈਨ ਹੋਵਾਂਗਾ। ਅਤੇ ਦੂਜੀ ਗੱਲ ਰਹੀ ਜਿਨ੍ਹਾਂ ਵੀਰਾਂ ਨੂੰ ਨਹੀਂ ਰਿਪਲਾਈ ਲੱਭਦਾ, ਉਹਨਾਂ ਨੂੰ ਵਿਆਸ 'ਤੇ ਮੈਂ ਮਾਜ਼ਰਤ ਕਰਨਾ, ਕਿਉਂਕਿ ਡੇਲੀ ਇੰਸਟਾਗ੍ਰਾਮ ਦੇ ਉੱਤੇ 60-70 ਨਵੇਂ ਮੈਸੇਜ ਆਉਂਦੇ ਨੇ ਅਤੇ ਹਰ ਇੱਕ ਵੀਰ ਨੂੰ ਰਿਪਲਾਈ ਦੇਣਾ ਥੋੜ੍ਹਾ ਜਿਹਾ ਡਿਫੀਕਲਟ ਹੁੰਦਾ। ਮੈਂ ਮਾਜ਼ਰਤ ਵੀ ਕਰਨਾ ਵਾਂ, ਕਿਉਂਕਿ ਇੱਥੇ ਇਟਲੀ ਦੇ ਵਿੱਚ 1 ਮਿੰਟ ਦਾ ਟਾਈਮ ਨਹੀਂ ਹੁੰਦਾ ਹੈ, ਯੂਰਪ ਦੇ ਵਿੱਚ 1 ਮਿੰਟ ਦਾ ਟਾਈਮ ਨਹੀਂ ਹੁੰਦਾ ਹੈ। ਅਤੇ ਵੀਰੋ ਤੁਹਾਡੇ ਵਾਸਤੇ ਇੰਨਾ ਟਾਈਮ ਕੱਢੀਦਾ, ਤੁਸੀਂ ਸਿਰਫ ਲਾਈਕ ਕਰਿਆ ਕਰੋ, ਫੋਲੋ ਕਰਿਆ ਕਰੋ ਅਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਏਜੰਟਾਂ ਨੂੰ ਜਿਹੜਾ ਨਾ ਉਹ ਬਾਈਟਕਾਟ ਕਰ ਦਿਓ ਏਜੰਟਾਂ ਦਾ, ਡਾਇਰੈਕਟ ਆਪ ਹੀ ਹਰ ਕੰਮ ਕਰਿਆ ਕਰੋ ਮੇਰੀ ਵੀਡੀਓ ਵੇਖ ਕੇ। ਲਓ ਜੀ ਵੀਰੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਕਰਾਂਗਾ ਕਿ ਜਿਹੜੇ ਵੀਰ ਦੇ ਜਿਹੜੇ ਵੀ ਸਵਾਲ ਸਨ ਨੋਲਾ ਔਸਤਾ ਦੇ ਰਿਲੇਟਿਡ, ਨੋਲਾ ਔਸਤਾ ਕਦੋਂ ਨਿਕਲੇਗਾ, ਕਿੰਨੇ % ਚਾਂਸ ਨੇ, ਕਿਹੜੇ ਕਿਹੜੇ ਨਿਕਲਣਗੇ, ਕਿਹੜੇ ਕਿਹੜੇ ਨਹੀਂ ਨਿਕਲਣਗੇ, ਉਹ ਕਲੀਅਰ ਹੋ ਗਏ ਹੋਣਗੇ। ਜੇ ਇਸ ਤੋਂ ਇਲਾਵਾ ਹੋਰ ਕੋਈ ਵੀ ਸਵਾਲ ਥੱਲੇ ਕਮੈਂਟ ਬੋਕਸ ਦੇ ਵਿੱਚ ਪੁੱਛੋ, ਇੰਸਟਾਗ੍ਰਾਮ 'ਤੇ ਫੋਲੋ ਕਰਕੇ ਇੰਸਟਾਗ੍ਰਾਮ 'ਤੇ ਸਵਾਲ ਪੁੱਛੋ। ਮਿਲਣੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਰੱਬ ਰਾਖਾ।